ਪੰਜਾਬੀ 'ਮਿਊਜ਼ਿਕ ਇੰਡਸਟਰੀ 'ਚ ਕੰਟਰੋਵਰਸੀਜ਼ ਦੇ ਚੱਲਦਿਆਂ ਹਰ ਸਿੰਗਰ ਹੌਲੀ ਹੌਲੀ ਵਿਵਾਦਾਂ 'ਚ ਘਿਰਦਾ ਨਜ਼ਰ ਆ ਰਿਹਾ ਹੈ। ਪਰ ਕੁਛ ਇੱਕ ਸਿੰਗਰਸ ਆਪਣੀ ਸਾਫ਼ ਗਾਇਕੀ ਦੇ ਨਾਲ ਨਾਲ ਸਾਫ਼ ਦਿਲ ਅਤੇ ਸਮਾਜ ਪ੍ਰਤੀ ਆਪਣੀ ਕੁਛ ਖੂਬਸੂਰਤ ਜ਼ਿੰਮੇਵਾਰੀਆਂ ਨਿਭਾਉਂਦਿਆਂ ਵੀ ਦੇਖੇ ਜਾ ਸਕਦੇ ਨੇ, ਜਿਸ ਵਿੱਚ ਇਸ ਵੇਲੇ ਸਭ ਤੋਂ ਉੱਪਰ ਨਾਮ ਸਿੰਗਰ ਪ੍ਰੀਤ ਹਰਪਾਲ ਦਾ ਲੈਣਾ ਲਾਜ਼ਮੀ ਰਹੇਗਾ। ਕਿਉਂਕਿ ਹਾਲ ਹੀ ਦੇ ਵਿੱਚ ਪ੍ਰੀਤ ਹਰਪਾਲ ਦੀਆਂ ਸੋਸ਼ਲ ਮੀਡੀਆ 'ਤੇ ਕੁਛ ਐਸੀਆਂ ਤਸਵੀਰਾਂ ਵਾਇਰਲ ਹੋਈਆਂ ਜੋ ਕਿ ਉਹਨਾਂ ਦੀ ਸੋਹਣੀ ਗਾਇਕੀ ਨਹੀਂ ਬਲਕਿ ਉਹਨਾਂ ਦੀ ਸੋਹਣੀ ਸ਼ਖਸੀਅਤ ਨੂੰ ਵੀ ਬਖੂਬੀ ਦਰਸਾਉਂਦਾ ਹੈ, ਜਿਸ ਵਿੱਚ ਪ੍ਰੀਤ ਹਰਪਾਲ ਨੂੰ ਆਪਣੇ ਪਿਤਾ ਬਚਨ ਸਿੰਘ ਦੇ ਨਾਲ ਮਿਲ ਕੇ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਬਾਉਪੁਰ ਜੱਟਾ ਦੇ ਮੁੱਖ ਸਕੂਲ ਨੂੰ 1,00,000 ਰੁਪਏ ਦੇ ਨਾਲ ਇੱਕ LED ਡੋਨੇਟ ਕੀਤੀ ਹੈ, ਜਿਸ ਦੀਆਂ ਤਸਵੀਰਾਂ ਤੁਸੀਂ ਇਸ ਵੀਡੀਓ ਵਿੱਚ ਖੁਦ ਦੇਖ ਸਕਦੇ ਹੋ। ਇਸ ਦੇ ਨਾਲ ਸਰਦਾਰ ਬਚਨ ਸਿੰਘ ਨੇ ਪਿੰਡ ਨੂੰ ਸਮੇਂ ਅਨੁਸਾਰ ਅਪਗ੍ਰੇਡ ਕਰਨ ਦੀ ਅਤੇ ਤਕਨੀਕੀ ਤੌਰ 'ਤੇ ਅੱਗੇ ਲੈ ਕੇ ਜਾਣ ਦੀ ਵੀ ਗੱਲ ਕੀਤੀ ਹੈ, ਜਿਸ ਤੋਂ ਇਹ ਸਾਫ਼ ਜ਼ਾਹਿਰ ਹੁੰਦਾ ਹੈ ਕਿ ਪ੍ਰੀਤ ਹਰਪਾਲ ਸਿਰਫ ਗਾਇਕੀ ਦੇ ਵਿੱਚ ਹੀ ਆਪਣੀ ਜਨਰੇਸ਼ਨ ਨੂੰ ਚੰਗੀ ਮੱਤ ਨਹੀਂ ਬਲਕਿ ਜ਼ਿੰਦਗੀ ਦੇ ਬਾਕੀ ਚੰਗੇ ਕਰਮ ਕਰਨ ਲਈ ਵੀ ਪ੍ਰੇਰਿਤ ਕਰਨ ਦੀ ਪੁਰਜ਼ੋਰ ਕੋਸ਼ਿਸ਼ ਕਰ ਰਹੇ ਹਨ। ਪੰਜਾਬੀ ਮਿਊਜ਼ਿਕ ਅਤੇ ਫਿਲਮ ਇੰਡਸਟਰੀ ਦੀ ਲੇਟੈਸਟ ਅਤੇ ਔਥੈਂਟਿਕ ਖਬਰਾਂ ਲਈ ਦੇਖਦੇ ਰਹੋ ਦੈਨਿਕ ਸਵੇਰਾ TV ਐਂਡ ਸਬਸਕ੍ਰਾਈਬ ਆਰ YouTube ਚੈਨਲ ਸਵੇਰਾ ਸਟਾਰ ਟਾਕਸ।